ਅਸਲਾਮੁਆਲੇਕ ਕਾਲੇ ਬਰਾਉਟਿਕ ਤੋ ਬੀਜੀ ਠੀਕ ਤੋ ਸਾਰਾ YouTube ਚੈਨਲ ਹੈ ਤੇ ਬੇਸਰੇ ਕਿਉਂ ਸੇ ਤੇ ਅਗਰ ਸਾਰੇ ਚੈਨਲ ਦਾ ਨਾਮ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਵੇ ਤੇ ਤੋ ਗੁੱਡੇ ਪੀ ਸਬਸਿਡੀ ਦੇ ਬਾਰੇ ਇਨਫੋਰਮੇਸ਼ਨ ਦੇ ਰਹੇ ਨੇ ਜੋ ਹਕੀਕਤ ਮੇ ਬਣੀ ਹੋਈਆਂ ਤੇ ਅਸਾਂ ਆਪੋਂ ਕੋਈ ਵੀ ਚੀਜ਼ ਦੇ ਵਿੱਚ ਸ਼ਾਮਲਾਇ ਕਰਦੇ ਜਿਹੜੀ ਸੱਚੀ ਗੱਲ ਹੋਵੇ ਤੋ ਬਰਾਉਨਰ ਸ਼ੇਅਰ ਕਰੇ ਨੇ ਤੇ ਉਹ ਅਲਹਮਦੁਲ ਸੱਚੀ ਵੀ ਹੁੰਦੀ 100% ਉਸੇ ਕੋਈ ਝੂਠ ਨਹੀਂ ਆਉਂਦਾ ਤੇ ਅੱਜ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਕੇ ਇੱਕ ਨਵੀਂ ਵੀਡੀਓ ਬਣਾਈ ਸੀ ਥਾਰੇ ਵਾਸਤੇ ਕਿ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਕਿ ਮਾਈਲੇ ਟੋਕਨ ਨੂੰ ਬਿਲਕੁਲ ਐਕਸਪਾਇਰ ਹੋ ਚੁੱਕੇ ਨੇ ਚਾਹੇ ਉਹਦੀ 130 ਸੀਰੀਅਲ ਹੈ ਜਾਂ ਚਾਹੇ ਉਹਦੀ 31 ਸੀਰੀਅਲ ਹੈ ਤਾਂ ਤੁਹਾਨੂੰ ਬਈ ਨਵੀਂ ਇਨਫਾਰਮੇਸ਼ਨ ਕਿ ਨਹੀਂ ਕਿ ਭਾਈ ਤੁਸਾਂ ਜਿਹੜੇ ਤੁਸਾਂ ਸਹਿੰਦੇ ਪੰਪ ਜਿਹੜੇ ਟੋਕਨ ਐਕਸਪਾਇਰ થਣ ਵਾਲੇ ਨੇ ਤੇ ਉਸ ਜਲਦੀ ਜਲਦੀ ਤੁਸਾਂ ਇਸਤੇਮਾਲ ਕਰ ਗਨੋ ਕਿਉਂਕਿ 31 ਤਰੀਕ ਨੂੰ ਜਿਵੇਂ ਭਾਈ ਆਖਣੇ ਡੀਲਰ ਦਾ ਕਿ 31 ਤਰੀਕ ਨੂੰ ਉਹ ਜੀ ਟੋਕਨ ਐਕਸਪਾਇਰ થ ਵੈਸੇ ਨੇ ਤਾਂ ਔਰ ਟੋਕਨ ਇਹ ਜੀ ਜੂਨ ਹਲੇ ਜੂਨ ਹਲੇ ਦੇ ਟੋਕਨ ਚਲਦੇ ਪੈਨ ਉਹਦੀ ਸੀਰੀਅਲ 137 ਵਾਲੇ ਦੇ ਪੈਸੋ ਤੁਸੀਂ ਵੀ ਚ ਟੋਕਨ استعمال ਚੋ ਦੀ ਕੋਸ਼ਿਸ਼ ਨ ਕਰਾਇ ਇਸ ਲਾਉਣ ਦੀ ਇਹ ਸੀਰੀਅਲ ਲੱਗ ਚੁੱਕੀ ਜਿਹੜੇ ਟੋਕਨ ਨਜ਼ਰਾਂ ਦੇ ਪੈਨ ਜੂਨ ਹਲੇ ਤਾਂ ਇਹ ਜੀ ਐਕਸਪਾਇਰ ਹੋ ਗਿਆ 31 ਤਰੀਕ ਨੂੰ ਜੇ ਵੀ ਕਿਸਾਨ ਭਰਾਵਾਂ ਕੋਲ ਟੋਕਨ ਪੈਨ ਉਹਨਾਂ ਨੂੰ ਭਾਈ ਜਲਦੀ ਜਲਦੀ ਕਰਕੇ استعمال ਕਰ ਗਏ ਕਿਉਂਕਿ ਉਹਨਾਂ ਨੂੰ ਇਹ ਜ਼ਾਇਆ ਨਹੀਂ થੇ ਕਿਉਂਕਿ 1 ਕੋਪਨ ਹਜ਼ਾਰ ਰੁਪਏ ਦਾ ਹੈ ਤਾਂ ਉਹਨਾਂ ਦੀ ਸਬਸਿਡੀ ਜ਼ਾਇਆ ਨਹੀਂ ਹੋਵੇ ਆਪਣੀ ਸਬਸਿਡੀ ਗਿਣ ਗਿਣ ਤੇ ਇਹ ਵੀਡੀਓ ਆਪਣੇ ਵੇਰਾਮਾ ਲਾਜ਼ਮੀ ਸ਼ੇਅਰ ਕਰਨੀ ਹੈ ਤੇ ਇਸ ਗੱਲੇ ਬੇਰਾਮਾ ਵੀਡੀਓ ਦੇ ਦੋ ਸਬਾਬ ਇਹਨ ਜਿਹੜੇ ਕਿਸਾਨ ਨੇ ਉਹਨਾਂ ਨੇ ਕਿ ਲਾਜ਼ਮੀ ਨਾ ਲਸ ਦਿਓ ਕਿ ਜੂਨ ਵਾਲੇ ਜਿਹੜੇ ਉਹ ਡੀਲਰ ਦੇ ਬਕੌਲ ਭਾਈ 31 ਤਰੀਕ ਨੂੰ ਐਕਸਪਾਇਰ ਥੀ ਵਸੇ ਜਾਨੀ ਅਗਲੇ ਮਹੀਨੇ ਚ ਐਕਸਪਾਇਰ ਥੀ ਵਸਨ ਤੇ ਸتمبر ਦੇ ਵਿੱਚ ਤੇ ਇਹਨਾਂ ਟੋਕਨ ਨੂੰ ਇਸਤੇਮਾਲ ਕਰਕੇ ਨੋ ਕਿਉਂਕਿ ਇਹ ਟੋਕਨ ਜ਼ਾਇ ਨਹੀਂ ਥੀ ਮੈਨ ਕਹਿ ਵੀ ਭਰਾ ਕਰੋ ਜ਼ਾਇ ਨਹੀਂ ਥੀ ਹੋਣੇ ਚਾਹੀਦੇ ਇਸ ਵਜ੍ਹਾ ਤੁਸੀਂ ਵੀਡੀਓ ਲਾਜ਼ਮੀ ਸ਼ੇਅਰ ਕਰ ਦੇਵੇ ਤੇ ਜੇ ਬਰਾਮਾ ਕਿਸਾਨ ਕਰਨੀ ਪੜਾਇ ਕਿਸਾਨ ਕਰ ਲਾਜ਼ਮੀ ਬਣਵਾ ਗਨੋ ਕਿ ਜਿਹੜੀ ਸਬਸਿਡੀ ਵੀ ਮਿਲਦੀ ਪਈ ਕਿਸਾਨ ਕਾਰਡ ਤੇ ਮਿਲਦੀ ਪਈ ਆਟੋ ਪੇਮੈਂਟ ਵੀ ਦਾ ਆਖੋਣੇ ਬਿਆਵੈ ਸੀ ਲekin ਜਿਹੜੀ ਦੀ ਹੈ ਕਿਸਾਨ ਕਾਰਡ ਚਲੋ ਮਿਲਵਿੰਦੀ ਇੱਕ ਹਫਤੇ ਬਾਅਦ ਪੇਮੈਂਟ ਮਿਲਵਿੰਦੀ ਸੀ ਜੀ ਤੇ ਲਿਆਦਾ ਜਿਹੜੇ ਬਰਾ ਕਿਸਾਨ ਕਾਰਡ ਨਹੀਂ ਬਣਾ ਕਿਸਾਨ ਕਾਰਡ ਬਣਵਾ ਕੇ ਤੇ ਇਸੋ ਤੇ ਅਪਲਾਈ ਕਰਕੇ ਤੇ ਆਪਣੇ ਕੋ ਕੋ ਆਪਣੇ ਇਸਤੇਮਾਲ ਕਰਵਾ ਕੇ ਆਪਣੇ ਪੇਮੈਂਟ ਵਸੂਲ ਸਕਦੇ ਨੇ ਇੱਕ ਹਫਤੇ ਬਾਅਦ ਡੀਲਰ ਕੋ ਜੋ ਡਿਵਾਈਸ ਉਹਨਾਂ ਨੂੰ HPL ਦੀ ਮਿਲੀ ਉਹਦੇ ਥਰੂ ਉਹ ਜੀ ਆਪਣੀ ਪੇਮੈਂਟ ਕੰਨ ਸਕਦੇ ਕਿਉਂਕਿ ਆਟੋ ਪੇਮੈਂਟ ਦਾ ਤਾਂ ਨਹੀਂ ਪਤਾ ਨਾ ਕਿਸ ਟਾਈਮ ਆਉਂਦੀ ਹੈ ਲੇਕਿਨ ਜਿਹੜੀ ਕਿਸਾਨ ਕਾਰਡ ਦੀ ਪੇਮੈਂਟ ਇਹ ਇੱਕ ਹਫਤੇ ਬਾਅਦ ਮਿਲਵੰਦੀ ਜਾਨੀ ਕਿਉਂਕਿ ਇਹਦੀ ਪੇਮੈਂਟ ਮੰਗਲ ਸਵਾਰ ਨੂੰ ਆਉਂਦੀ ਹੈ ਡੀਲਰ ਦੇ ਕੋਲੋਂ ਤੇ ਡੀਲਰ ਜੀ ਬਹੁਤ ਜਿਆ ਉਸ ਮੰਗਲ ਨੂੰ ਦੇ ਰਹੇ ਹਾਂ ਤਾਂ ਕਿਉਂਕਿ ਹਫਤੇ ਬਾਅਦ ਹੀ ਸੀ ਪੇਮੈਂਟ ਆਦੀ ਹੈ ਤੇ ਅਗਰ ਸਾਰੇ ਚੈਨਲ ਤੇ ਨਵੇਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੈ ਕਿਉਂਕਿ ਤੁਹਾਨਾਂ ਦਾ ਡੀਏਪੀ ਸਬਸਿਡੀ ਦਾ ਸੀਜ਼ਨ ਚੱਲਦਾ ਪਿਆ ਤੇ ਤੁਹਾਰੇ ਇਸ ਬਾਰੇ ਇਨਫਾਰਮੇਸ਼ਨ ਵੀਡੀਓ ਵੀ ਨਹੀਂ ਕਰਨਾ ਹੈ ਤਾਂ ਸਾਈਡ ਤੇ ਮੰਬਣੀ ਵੀਡੀਓ ਹੁੰਦੀ ਹੈ ਤੇ ਅਗਲੀ ਵੀਡੀਓ ਮਿਲਦੇ ਆਂ ਅਲਾਫੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ